ਬੋਲੀ ਬੜੀ ਸਾਦੀ ਜੀ ਬੋਲੀ ਸੀ, ਕਿੱਦਾਂ ਹੁਣ ਤਾਂ ਅਸੀਂ ਮਾਡਰਨਾਈਜ਼ ਵਰਡ ਯੂਜ਼ ਕਰਦੇ ਹਾਂ, ਕੱਪੜੇ ਤੁਹਾਡਾ ਸਾਦਾਪਣ, ਤੁਹਾਡਾ ਬਿਲਕੁਲ ਸਿੰਪਲ ਜਿਹਾ ਖਾਣਾ ਪੀਣਾ, ਰਹਿਣ ਸਹਿਣ, ਉਦੋਂ ਦੇ ਪਿੰਡਾਂ ਦਾ ਮਾਹੌਲ, ਤਾਂ ਉਹ ਸਾਰਾ ਕੁਝ ਇਹਦੇ ਵਿੱਚ ਆ। ਮਤਲਬ ਇੱਕ ਪ੍ਰੋਪਰ ਇੱਕ ਸੀਨਰੀ ਜੀ ਲੱਗੂਗੀ ਜਦੋਂ ਤੁਸੀਂ ਫਿਲਮ ਦੇਖੋਗੇ ਕਿ ਉਹ ਫੀਲ ਆ। ਮਤਲਬ ਇਹਦੇ ਵਿੱਚ ਮੱਝਾਂ, ਗਾਵਾਂ, ਕੁੱਕੜ, ਕੱਕੜ, ਸਾਰਾ ਕੁਝ ਉਹ ਪਿੰਡਾਂ ਵਾਲਾ ਫੀਲ ਆ, ਪੁਰਾਣਾ ਫੀਲ ਆ। ਇੱਕ ਛੱਪੜ ਦੇ ਕਿਨਾਰੇ ਬੰਦਾ ਤੁਰਿਆ ਜਾ ਰਿਹਾ, ਲੋਕ ਉਦੋਂ ਛੱਪੜਾਂ ਖੂਹਾਂ ਦਾ ਪਾਣੀ ਪੀਂਦੇ, ਉਹ ਸਾਰਾ ਕੁਝ ਇਹਦੇ ਵਿੱਚ ਫੀਲ ਆ। ਭਾਜੀ ਹਾਂਜੀ ਹਾਂਜੀ, ਇਹ ਅਸੀਂ ਸ਼ੂਟ ਕੀਤਾ ਜੀ ਸੂਰਤਗੜ੍ਹ ਜਿਹੜਾ ਰਾਜਸਥਾਨ ਦੇ ਵਿੱਚ, ਉਹਦੇ ਦੇ ਆਸੇ ਪਾਸੇ ਇੱਕ ਉੱਥੇ ਇੱਕ ਪਿੰਡ ਆ, ਉਹ ਸਾਰਾ ਹੀ ਕੱਚਾ ਪਿੰਡ ਆ, ਖੁੱਲ੍ਹੀਆਂ ਖੁੱਲ੍ਹੀਆਂ ਗਲੀਆਂ, ਸਿੱਧੀਆਂ ਗਲੀਆਂ, ਔਰ ਬਿਲਕੁਲ ਉੱਥੇ ਕੋਈ ਨੈਟਵਰਕ ਨਹੀਂ, ਕੋਈ ਫੋਨ ਦਾ ਕੋਈ ਨੈਟਵਰਕ ਨਹੀਂ। ਬੜਾ ਚੰਗਾ ਲੱਗਿਆ ਕਿ ਉੱਥੇ ਸਾਨੂੰ ਸਕੂਨ ਨਾਲ ਫੋਨ ਤੋਂ ਥੋੜ੍ਹੀ ਫੁਰਸਤ ਲੈ ਕੇ ਕੰਮ ਕਰਨਾ ਪਿਆ। ਅਤੇ ਇਸ ਤੋਂ ਇਲਾਵਾ ਇਹ ਫਿਲਮ ਪਟਿਆਲੇ ਦੇ ਕੋਲ ਅਸੀਂ ਸ਼ੂਟ ਕੀਤੀ ਆ, ਬੱਸੀ ਪਠਾਣਾ ਜੇਲ੍ਹ ਦੇ ਵਿੱਚ ਸ਼ੂਟ ਕੀਤੀ ਆ, ਸੋ ਵੱਖ ਵੱਖ ਲੋਕੇਸ਼ਨ ਦੇ ਸ਼ੂਟ ਜੀ ਜੀ। ਸਭ ਨੂੰ ਬੇਨਤੀ ਹੈ ਜੀ ਤੁਸੀਂ 27 ਤਰੀਕ ਨੂੰ ਇਸ ਫਰਾਈਡੇ ਜ਼ਰੂਰ ਜਾਇਓ, ਬੜੀ ਚੰਗੀ ਫਿਲਮ ਆ। ਫਿਲਮ ਜਿਹੜਾ ਪ੍ਰੋਡਕਟ ਅਸੀਂ ਤੁਹਾਡੇ ਲਈ ਬਣਾਇਆ, ਬਾਕੀ ਵੇਖਣ ਤੋਂ ਬਾਅਦ ਮੈਂ ਦਾਅਵੇ ਨਾਲ ਕਹਿੰਦਾ ਕਿ ਤੁਸੀਂ ਖੁਸ਼ੀ ਖੁਸ਼ੀ ਸਾਰੇ ਸਿਨੇਮਾਘਰਾਂ 'ਚ ਬਾਹਰ ਆਓਗੇ। ਅਤੇ ਮੈਨੂੰ ਲੱਗਦਾ ਕਿ ਦੱਸਣਾ ਔਖਾ ਹੋਊਗਾ ਕਿ ਫਿਲਮ 'ਚ ਕੀ ਆ, ਇਹ ਵੇਖ ਕੇ ਪਤਾ ਚੱਲੇ। ਥੈਂਕ ਯੂ ਸਰ। ਕਿੱਦਾਂ ਲੱਗਿਆ ਰੋਲ ਕਰਕੇ ਤੁਹਾਨੂੰ? ਭਾਜੀ ਬਹੁਤ ਚੰਗਾ ਲੱਗਿਆ। ਇਹ ਮਤਲਬ ਪਹਿਲਾ ਭਲਵਾਨ ਆ, ਜਿਹੜਾ ਨਾਂ ਦਾ ਭਲਵਾਨ ਆ, ਉਹ ਆਪਣੇ ਜਿੱਦਾਂ ਪਿੰਡਾਂ 'ਚ ਕਹਿੰਦੇ ਹੁੰਦੇ ਨਾ ਉਹ ਭਲਵਾਨ ਪਰੇ ਹੋ, ਅਤੇ ਉਹ ਭਲਵਾਨ ਆ। ਅਤੇ ਬੜਾ ਵਧੀਆ ਕਰੈਕਟਰ ਲੱਗਾ। ਮੈਂ ਜਦੋਂ ਸੁਣਿਆ ਸੀਗਾ ਪਹਿਲਾਂ, ਮੈਂ ਕਿਹਾ ਯਾਰ ਜੇ ਮੈਂ ਭਲਵਾਨ ਸਿੰਘ ਜਿੱਦਾਂ ਨਾਂ ਆ, ਜੇ ਮੈਂ ਭਲਵਾਨ ਬਣਨ ਵੀ ਲੱਗਾ ਤਾਂ 2-4 ਸਾਲ ਲੱਗ ਜਾਣੇ ਮੈਨੂੰ, ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਹੀ ਮਤਲਬ ਸਰੀਰੋਂ ਮਰਦੀ ਕਿਰਪਾ ਠੀਕ ਆ। ਅਤੇ ਪਰ ਬਹੁਤ ਚੰਗਾ ਲੱਗਿਆ ਜੀ, ਸਟੋਰੀ ਬਹੁਤ ਵਧੀਆ, ਅਤੇ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਹੋਵੇਗਾ।